ਕਹਿੰਦੇ ਨੇ ਇੱਕ ਖੂਬਸੂਰਤ ਤਸਵੀਰ ਕਈ ਕਹੀਆਂ ਅਤੇ ਅਣਕਹੀਆਂ ਕਹਾਣੀਆਂ ਬਿਆਨ ਕਰ ਜਾਂਦੀ ਹੈ। ਇੱਕ ਸੁੰਦਰ ਅਤੇ ਸਿਰਜਣਾਤਮਕ ਤਸਵੀਰ ਦਰਸ਼ਕਾਂ ਦੇ ਦਿਲੋ ਦਿਮਾਗ 'ਤੇ ਹਾਵੀ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੇ ਲਈ ਮਜਬੂਰ ਕਰ ਜਾਂਦੀ ਹੈ। ਕੈਮਰਾ ਦੇ ਲੈਂਸ ਰਾਹੀਂ ਕਾਗਜ਼ 'ਤੇ ਉਤਾਰੀ ਇੱਕ ਰਚਨਾਤਮਕ ਅਤੇ ਸੁਨੱਖੀ ਸੋਚ ਹੀ ਤਸਵੀਰ ਹੈ। ਜੇ ਤਸਵੀਰ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਤਸਵੀਰਾਂ ਖਿੱਚਣਾ ਸ਼ੌਂਕ ਦੇ ਨਾਲ ਨਾਲ ਇੱਕ ਕਿੱਤਾ ਵੀ ਬਣ ਚੁੱਕਾ ਹੈ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਦੁਆਬਾ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਹਨਾਂ ਦੀ ਸਿਰਜਣਾਤਮਕ ਸੋਚ ਨੂੰ ਲਿਖੀ ਪਾਉਣ ਲਈ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਲਈ ਕੁਦਰਤ ਦਾ ਵਿਸ਼ਾ ਦੇ ਕੇ ਪ੍ਰਦਰਸ਼ਨੀ ਅਤੇ ਮੁਕਾਬਲਾ ਕਰਾਇਆ ਗਿਆ। ਇਸ ਸਮਾਰੋਹ 'ਚ ਦੈਨਿਕ ਸਵੇਰਾ ਦੇ ਡਾਇਰੈਕਟਰ ਸ਼੍ਰੀਮਤੀ ਵਾਣੀ ਵਿਜ ਨੇ ਬਤੌਰ ਮੁੱਖ ਮਹਿਮਾਨ ਲਈ ਸ਼ਿਰਕਤ ਕੀਤੀ ਅਤੇ ਪ੍ਰਸਿੱਧ ਫੋਟੋਗ੍ਰਾਫਰ ਕਰਮਵੀਰ ਸੰਧੂ ਅਤੇ ਐਡਵਰਟਾਈਜ਼ਿੰਗ ਫੋਟੋਗ੍ਰਾਫਰ ਚਾਨੀ ਬੱਤਰਾ ਬਤੌਰ ਜੱਜ ਪੁੱਜੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਨਰੇਸ਼ ਕੁਮਾਰ ਧੀਮਾਨ ਅਤੇ ਵਿਭਾਗ ਦੇ ਮੁਖੀ ਡਾਕਟਰ ਸਿਮਰਨ ਸਿੱਧੂ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਹਰ ਵਰਸ ਹਮ ਯੇ ਡੇ ਮਨਾਤੇ ਹੈਂ, ਲੇਕਿਨ ਆਜ ਮੈਡਮ ਵਾਣੀ ਵਿਜ ਹਮਾਰੇ ਬੀਚ ਮੇਂ ਹੈ, ਇਸਲੀਏ ਹਮਾਰੇ ਇਸ ਫੰਕਸ਼ਨ ਕੀ ਸ਼ੋਭਾ ਜੋ ਹੈ ਵਹ ਬਹੁਤ ਗੁਣਾ ਬੜ ਗਈ। ਮੈਮ ਆਪਕਾ ਬਹੁਤ ਬਹੁਤ ਅਭਿਨੰਦਨ, ਬਹੁਤ ਬਹੁਤ ਸਵਾਗਤ। ਜਬ ਇੱਕ ਬਹੁਤ ਅੱਛਾ ਟੀਚਰ, ਬਹੁਤ ਅੱਛਾ ਟ੍ਰੇਨਰ ਸਟੂਡੈਂਟਸ ਕੋ ਮਿਲ ਜਾਏ, ਜਿਸ ਵੀ ਫੀਲਡ ਮੇਂ ਮਿਲ ਜਾਏ, उसका जो प्रतिबिंब है, उसकी जो छवि है, उसका जो रिफ्लेक्शन है, वो स्टूडेंट्स में दिखाई पड़ता है। और मैं इस बात को दावे के साथ कह सकता हूँ आज की एग्जीबिशन को देख करके और आंख मूंद करके भी कोई बता सकता है कि इनके पीछे कर्मवीर संधू जी की आईज और उनकी गाइडेंस पूरी पूरी काम कर। ਇਸ ਦਿਵਸ 'ਤੇ 180 ਵਿਦਿਆਰਥੀਆਂ ਦੁਆਰਾ ਕੈਮਰੇ ਵਿੱਚ ਕੈਦ ਕੀਤੀਆਂ ਲਗਭਗ 830 ਤਸਵੀਰਾਂ ਵਿੱਚੋਂ 262 ਤਸਵੀਰਾਂ ਪ੍ਰਦਰਸ਼ਨੀ ਲਈ ਚੁਣੀਆਂ ਗਈਆਂ। ਪ੍ਰਦਰਸ਼ਿਤ ਤਸਵੀਰਾਂ ਨੂੰ ਦੇਖਦੇ ਹੋਏ ਸ਼੍ਰੀਮਤੀ ਵਾਣੀ ਵਿੱਚ ਜੀ ਨੇ ਵਿਦਿਆਰਥੀਆਂ ਦੀ ਮਿਹਨਤ ਨੂੰ ਸਹਿਰਾਉਂਦੇ ਹੋਏ ਸੰਬੋਧਨ ਕਰਦੇ ਆਖਿਆ ਕਿ ਤਸਵੀਰਾਂ ਟੈਕਨੋਲੋਜੀ ਨਾਲ ਨਹੀਂ ਬਲਕਿ ਸਿਰਜਣਾਤਮਕ ਸੋਚ ਨਾਲ ਖਿੱਚੀਆਂ ਜਾਂਦੀਆਂ ਨੇ। For inviting me as a chief guest, and Dr. Simran, she has been knocking me since a week ki ma'am aapne aana hai aur zarur aana hai bachcho ko ustad karne ke liye. Main aaj aapko ek ye bhi khitab dena chahti hu, jaise shiv ka netra hai, aap bachcho ne bhi shiv ka ek teesra netra hai jo ek photography ko dekhta hai. I think hats off to you jo ek choti si pari ki aapne photography camera mein capture kar leti hai. दूसरा मैं कहना चाहूँगी कि फोटोग्राफी ये कैमरे से नहीं होती, सच में फोटोग्राफी कैमरे से नहीं होती, ये एक विजन से होती है, दिल से होती है। मैं दिल ऐड करना चाहूँगी कि दिल से होती है। अगर आप दिल अपना मजबूत और स्ट्रॉन्ग रखें तो ज़रूर वो बारीकियाँ कैप्चर कर सकते हैं। और मैं एक ये भी बोलूँगी, आप इसी फील्ड से आके, जैसे कर्मवीर सर हैं आपके, एक गुरु हैं आपके, जितना आप इनसे वो कहते हैं ना लूट सको तो लूट लो। ਖੂਬਸੂਰਤੀ ਵੀ ਅਥਾਹ ਹੈ। ਇੱਕ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਜਦੋਂ ਮੈਂ ਸਾਰੀਆਂ ਪਿਕਚਰਸ ਦੇਖੀਆਂ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਇੰਨੇ ਘੱਟ ਟਾਈਮ ਦੇ ਵਿੱਚ ਤੁਸੀਂ ਇੰਨੀ ਜ਼ਿਆਦਾ ਆਪਣੀ ਜਿਹੜਾ ਲਰਨਿੰਗ ਗ੍ਰਾਫ ਹੈਗਾ ਆ ਉਹ ਇੰਨਾ ਤੇਜ਼ ਕਰ ਦਿੱਤਾ ਹੈਗਾ। ਇੱਕ ਵਾਰੀ ਫਿਰ ਤੁਹਾਨੂੰ ਵਰਲਡ ਫੋਟੋਗ੍ਰਾਫੀ ਡੇ ਦੀ ਬਹੁਤ ਬਹੁਤ ਵਾਰ। ਕਿ ਕ੍ਰੀਏਟਿਵਿਟੀ ਜੋ ਹੈ ਉਹ ਇਨਸਾਨ ਕੇ ਅੰਦਰ ਸੇ ਆਤੀ ਹੈ। ਕ੍ਰੀਏਟਿਵਿਟੀ ਇਜ਼ ਨਾਟ ਕ੍ਰੀਏਟਿਡ ਬਾਈ, ਇਟਸ ਐਕਚੁਅਲੀ ਕ੍ਰੀਏਟਿਡ ਬਾਈ ਗੋਡ। ਆਈ ਮੀਨ ਦ ਮੂਮੈਂਟ ਯੂ ਕੈਪਚਰ ਸਮਥਿੰਗ ਯੂ ਬਿਕਮ ਯੋਰਸੈਲਫ ਅ ਗੋਡ, ਯੂ ਬਿਕਮ ਅ ਕ੍ਰੀਏਟਰ। ਨਤੀਜੇ 'ਚੋਂ ਆਏ ਵਿਦਿਆਰਥੀਆਂ ਵਿੱਚੋਂ ਪਹਿਲੇ ਸਥਾਨ 'ਤੇ ਆਏ ਅਮਨ ਮਾਨ, ਦੂਜੇ ਸਥਾਨ 'ਤੇ ਨੀਲ ਅਤੇ ਵਿਜੇਤਾ ਅਤੇ ਤੀਜੇ ਸਥਾਨ 'ਤੇ ਜੌਨਸਨ ਅਤੇ ਸਿਮਰਨ ਨੂੰ ਨਾਮ ਦੇ ਕੇ ਸਰਾਇਆ ਗਿਆ। ਅੰਤ ਵਿੱਚ ਡਾਕਟਰ ਸਿਮਰਨ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ।
principal Doaba College, Dr. Nimesh Kumar Dhimanji. Our director, IQAC committee, Professor Baljeet Singh Ji. Faculty, Department of Journalism and Mass Communication, and students of Journalism and Mass Communication. We are very much thankful to you, respected Madam Vanivel Ji. You spared your valuable time, and as you had, she had all the time been complimenting the photographs, praising the photographs, and it was really amazing for us also, and it was satisfying me especially. Yes, our students, they have done a wonderful work, and ma'am, here I would like to tell that the credit goes to the team. Karamveer Sandhu sir, he had been teaching our students, and the faculty members, all the faculty members, Madam Priya Chopra, Professor Gurpreet Singh, Professor Harman, Professor Supriya, Professor Chandni, they were all there, all the time working, and the duty was with bachelor's final year to collect all the photographs, and they made this exhibition happen.